ਹਾਂਜੀ ਬਾਈ ਮਿੱਤਰੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਦੇਖ ਰਿਹਾ ਡੈਬਲ ਟਵਾਣਾ ਯੂਟਿਊਬ ਚੈਨਲ। ਅਤੇ ਮਿੱਤਰੋ, ਅੱਜ ਕਾਲੀ ਜੱਟ ਆ ਗਿਆ ਬਾਈ। ਟਰੈਕਟਰ ਕਿਹੜਾ ਲੈ ਕੇ ਆਇਆ ਬਾਈ? ਸਵਰਾਜ FE 855। ਮਿੱਤਰੋ ਸਿੰਪਲ ਜਮਾਂ ਟਰੈਕਟਰ ਆ ਬਈ। ਆਪਣੇ ਕੋਲ ਤਿੰਨ ਟਰੈਕਟਰ ਹੋ ਗਏ ਹੁਣ। ਅਤੇ ਆਹ ਬਈ ਆਪਾਂ ਬਾਏ ਕਰ ਲਿਆ, ਆਹ ਬਈ ਆਪਣੇ ਤੇ ਕੋਲ ਕਿਰਾਏ 'ਤੇ ਆ। ਮੈਂ ਕਲੀਅਰ ਕਰ ਦਿੰਦਾ, ਆਹ ਟਰੈਕਟਰ ਜਿਹੜਾ ਨਿਊ ਹੋਲੈਂਡ ਬਾਈ ਸਪੈਸ਼ਲ ਐਡੀਸ਼ਨ ਆ, ਇਹ ਕਿਰਾਏ 'ਤੇ ਆ ਬਾਈ। ਇਹ ਹਲੇ ਆਪਾਂ ਖਰੀਦਿਆ ਨੀਗਾ, ਆਹ ਟਰੈਕਟਰ ਆਪਾਂ ਖਰੀਦ ਲਿਆ। ਅਤੇ ਇੱਧਰ ਬਾਈ ਆਪਣਾ ਖੜਾ 61, ਇਹ ਵੀ ਬਈ ਆਪਣਾ ਹੀ ਆ। ਅਤੇ ਮਿੱਤਰੋ, ਅੱਜ 4 ਪਾ ਰਹੇ ਸੀਗੇ ਆਪਾਂ। ਮਿੱਤਰੋ, ਕੰਧਾਂ ਹੀ ਹੋਰ ਕਰਾਉਣੀਆਂ ਪੈ ਗਈਆਂ। ਆਹ ਦੇਖੋ, ਇੱਥੇ ਜੋੜ ਲਵਾ ਕੇ ਬਾਈ ਹੋਰ ਲੰਬੀ ਕਰਾਤੀ। ਅਤੇ ਮਿੱਤਰੋ, ਅੱਜ ਮਸ਼ੀਨਾਂ ਵੀ ਦੇਖੋ 2 ਹੋ ਗਈਆਂ, ਅਤੇ ਟਰਾਲੀਆਂ ਵੀ 4 ਨੇ। ਅਤੇ ਮਿੱਤਰੋ, ਮਸ਼ੀਨ ਕਿਹੜਾ ਆਪਾਂ ਚਲਾ ਦਈਏ? ਪਹਿਲਾਂ ਬਾਈ ਇਹ ਛੋਟੀ ਮਸ਼ੀਨ ਆ ਇਹ। ਅਤੇ ਮਿੱਤਰੋ, ਟਰਾਲੀਆਂ ਵੀ 2 ਜਿਹੜੀਆਂ ਲੈ ਕੇ ਆਉਂਦੀਆਂ ਨੇ, ਉਹ ਬਾਹਲੀਆਂ ਵੱਡੀਆਂ ਨੇ ਬਾਈ। ਟਰਾਲੀ ਮੈਂ ਕਹਿੰਦਾ ਇੱਕ ਕੈਰੇ 'ਚੋਂ ਬਾਈ 2-3 ਟਰਾਲੀਆਂ ਹੋਣਗੀਆਂ, ਵੱਧ ਨਹੀਂ ਹੁੰਦੀਆਂ। ਅਤੇ ਮਿੱਤਰੋ, ਕਿਹੜਾ ਆਪਾਂ ਮਸ਼ੀਨ ਸਿੱਧੀ ਕਰਕੇ ਚਲਾ ਕੇ ਬਾਈ ਬਈਏ ਨੂੰ ਲਾ ਦਿੰਦੇ ਹਾਂ, ਅੱਗੇ ਚਲਾਈ ਜਾਊ ਬਾਈ ਆਪੀ ਉਹ। ਅਤੇ ਲਓ ਮਿੱਤਰੋ, ਕਿਹੜਾ ਆਪਾਂ ਸੀਰੀਏ 'ਤੇ ਲਾਤਾ ਹੋਇਆ। ਅਤੇ ਬਾਈ ਦੂਜੀ ਮਸ਼ੀਨ ਜੇ ਤੁਹਾਨੂੰ ਦਿਖਾਵਾਂ ਮੈਂ ਬਾਈ, ਇਹਦਾ ਕਟਰ ਕਰੋ ਚੱਕ ਯਾਰ। ਬਾਈ ਉਹਦਾ ਕਟਰ ਹੈਗਾ ਸਿਰਫ ਇੰਨਾ ਕੁ, ਇਹਦਾ ਬਾਈ ਦੁੱਗਣਾ ਉਹ ਤੋਂ ਕਟਰ। ਅਤੇ ਮਿੱਤਰੋ, ਆਪਣੇ 2 ਕੈਰੇ ਵੀ ਹੋ ਗਏ, ਇੱਕ ਬਾਈ ਆਹ ਆਹ, ਅਤੇ ਬਾਈ 2 ਰਹਿ ਗਏ, ਤੀਜੇ ਨੂੰ ਬਾਈ ਮਸ਼ੀਨ ਲੱਗੀ ਹੋਈ ਆ। ਮਿੱਤਰੋ, ਚੱਲ ਕੇ ਆਪਾਂ ਇਹ ਵੀ ਮਸ਼ੀਨ ਕਿਹੜਾ ਲਾ ਦਈਏ। ਅਤੇ ਉੱਧਰੋਂ ਬਾਈ 855 ਅੱਜ ਜ਼ੋਰ ਉਹਦਾ ਵੀ ਪਰਖਣਾ ਬਾਈ ਕਿੰਨਾ ਕੁ ਜ਼ੋਰ ਆ ਉਹ 'ਚ। ਅਤੇ ਮੈਂ ਕਹਿੰਦਾ ਬਾਈ ਪਹਿਲਾਂ ਪਿਛਲੇ ਕੈਰੇ 'ਚ ਲਾ ਦਿੰਦੇ ਹਾਂ। ਅਤੇ ਮਿੱਤਰੋ, ਇਹ ਮਸ਼ੀਨ ਸਭ ਨਾਲੋਂ ਵੱਡੀ ਮਸ਼ੀਨ ਆ ਬਾਈ, ਇਹਦੇ ਉੱਤੇ ਕੋਈ ਮਸ਼ੀਨ ਨਹੀਂ ਆਉਂਦੀ। ਅਤੇ ਬਾਈ ਟਰਾਲੀ ਵੀ ਇਹਦੇ ਪਿੱਛੇ ਬਹੁਤ ਵੱਡੀ ਆ ਬਾਈ। ਟਰਾਲੀ ਸਭ ਨਾਲੋਂ ਵੱਡੀ ਜੀ 'ਚ ਆਪਾਂ ਕਣਕ ਪਾਉਂਦੇ ਹੁੰਦੇ ਹਾਂ ਬਾਈ, ਉਹ ਟਰਾਲੀ ਆ ਉੱਚੇ ਬੈੱਡ ਵਾਲੀ 6 ਟੈਰੀ। ਅਤੇ ਮਿੱਤਰੋ, ਆਹ ਕੈਰੇ 'ਚ ਲਾਉਂਦੇ ਹਾਂ ਪਹਿਲਾਂ ਤਾਂ ਆਪਾਂ ਮਸ਼ੀਨ, ਕਰੋ ਚੈੱਕ ਬਾਈ। ਇਹਦੀ ਬੜਕ ਬਾਹਲੀ ਪਿਆਰੀ ਆ ਯਾਰ, ਇੰਜਣ ਬਾਹਲੀ ਵੱਡਾ ਲੱਗਿਆ ਮਿੱਤਰੋ ਇਹਨੂੰ। ਪਰ ਮਿੱਤਰੋ, ਇਹ ਟਰਾਲੀ ਯਾਰ ਬਾਹਲੀ ਛੇਤੀ ਭਰਦੀ ਆ ਮਸ਼ੀਨ, ਕਿਉਂਕਿ ਯਾਰ ਕਟਰ ਬਾਹਲਾ ਵੱਡਾ, ਮਸ਼ੀਨ ਬਾਹਲੀ ਤੋਰਾ ਤੁਰਦੀ ਆ, ਛੇਤੀ ਛੇਤੀ ਬਾਈ ਭੱਜਦੀ ਆ ਜਾਂਦੀ ਆ, ਕੰਮ ਬਹੁਤ ਨਿਬੇੜਦੀ ਆ। ਪਰ ਬਾਈ ਇਹ ਗੱਲ ਆ ਮਿੱਤਰੋ, 10% ਟਰਾਲੀ ਭਰ ਵੀ ਗਈ, ਲੈ ਗੇੜਾ ਦੇ ਲਓ ਅੱਧਾ ਹੋਇਆ। ਇੱਕ ਗੇੜੇ 'ਚ ਬਾਈ 20% ਟਰਾਲੀ, 21% ਟਰਾਲੀ ਭਰ ਗਈ ਇੱਕ ਗੇੜੇ 'ਚ ਆਪਣੀ 'ਚ। ਵੱਧ ਭਰ ਜਾਣੀ ਸੀ ਕਿ ਉੱਥੇ ਬਾਈ ਗੇੜਾ ਵੀ ਟੇਢਾ ਲੱਗਿਆ ਆਪਣਾ। ਅਤੇ ਲਓ ਮਿੱਤਰੋ, ਇੱਥੇ ਕਿਹੜਾ ਆਪਾਂ ਸੀਰੀ ਲਾਤਾ। ਅਤੇ ਬਾਈ ਮੈਨੂੰ ਲੱਗਦਾ ਉੱਧਰ ਟਰਾਲੀ ਭਰ ਗਈ ਹੋਣੀ ਆ ਯਾਰ, ਕਿਉਂਕਿ ਬਾਈ ਟਰਾਲੀ ਹੈਗੀ ਵੀ ਛੋਟੀ ਆ ਉੱਧਰ। ਅਤੇ ਮਿੱਤਰੋ, ਟਰਾਲੀ ਦੇਖਾਂ, ਨਹੀਂ ਬਾਈ ਇੱਧਰ 18% ਹੋਈ ਆ ਹਜੇ। ਆਹ ਬਾਈ ਕੀ ਕਰੀ ਜਾਂਦਾ ਇਹ ਬਾਈ, ਕੰਮ ਦੇ ਘਾਟੇ ਹੁੰਦੇ ਨੇ ਸੀਰੀ। ਇੱਕ ਵਾਰੀ ਜੇ ਸਿੱਧੀ ਚੱਲਣ ਲੱਗ ਜਾਣ ਫਿਰ ਸਿੱਧੀ ਚਲਾਈ ਜਾਂਦੇ ਨੇ, ਜੇ ਟੇਢੀ ਪਿੰਗੀ ਕਰ ਦੇਣ ਬਾਈ ਫਿਰ ਨਹੀਂ ਇਹ ਸਿੱਧੀ ਚਲਾ ਸਕਦੇ ਯਾਰ। ਇੱਥੇ ਤਾਂ ਬਾਈ ਮੈਨੂੰ ਚਲਾਉਣੀ ਪਊ ਮਸ਼ੀਨ ਹੁਣ। ਲਓ ਮਿੱਤਰੋ, ਇੱਧਰ ਫਿਰ ਆਪਾਂ ਯਾਰ ਸੀਰੀ ਲਾਤਾ। ਜੇ ਬਾਈ ਹੁਣ ਵੀ ਨਾ ਸਹੀ ਚਲਾਇਆ ਫਿਰ ਤਾਂ ਨਹੀਂ ਬਾਈ ਸਹੀ ਚਲਾਉਂਦਾ ਇਹ, ਫਿਰ ਬਾਈ ਆਪਾਂ ਨੂੰ ਚਲਾਉਣੀ ਪਊਗੀ। ਅਤੇ ਯਾਰ ਇੱਧਰ ਆਪਾਂ ਮਸ਼ੀਨ ਦੇਖ ਲਈਏ ਕਿਰਾਂ ਬਾਈ, ਕਿੰਨਾ ਥਾਂ ਕਵਰ ਕਰਤਾ ਇਹ ਦੇਖੋ। ਇਹ ਹੁੰਦੀ ਆ ਬਾਈ ਮਸ਼ੀਨ ਅਸਲੀ, ਦੇਖਾਂ ਬਾਈ। ਟਰਾਲੀ 75% ਹੋ ਗਈ ਬਾਈ, ਆਪਾਂ ਟਰੈਕਟਰ ਲੈ ਆਈਏ। ਟਰਾਲੀ ਤਾਂ ਤਕਰੀਬਨ ਬਾਈ ਭਰ ਗਈ, ਅਤੇ 855 ਹੀ ਲੈ ਕੇ ਆਉਂਦੇ ਹਾਂ ਬਾਈ ਪਹਿਲਾਂ। ਅਤੇ ਮਿੱਤਰੋ, 61 ਨੂੰ ਹੁਣ ਦਵਾ ਰਹੇ ਹਾਂ ਦਮ, ਇਹ ਬਾਈ ਇੱਥੇ ਲੈਵਲੇ ਕਰੂਗਾ ਬਸ। ਅਤੇ ਬਾਈ ਆਪਣਾ 855 ਖੜਾ ਬਾਈ, ਇਹਦੀ ਪਹਿਲੀ ਵਾਰੀ ਟੈਸਟਿੰਗ ਕਰਨੀ ਆ। ਅਤੇ ਮਿੱਤਰੋ, ਇਹਦੀ ਬਾਜ ਬੜੀ ਪਿਆਰੀ ਆ ਯਾਰ। ਚਲੋ ਮਿੱਤਰੋ, ਮਸ਼ੀਨ ਚੱਲ ਰਹੀ ਹੈ ਇੱਧਰ, 95% ਟਰਾਲੀ ਭਰ ਗਈ, 100% ਬਾਈ ਪੂਰੀ ਉੱਤੇ ਤੱਕ ਕਰਕੇ ਲੈ ਕੇ ਆਉਣੀ ਹੈ। 97 ਹੋ ਗਈ, 98,
99 ਬਾਈ ਹੋਣ ਵਾਲੀ ਆ, ਬਸ ਹੋ ਗਈ ਬਾਈ 100 ਵੀ ਤਕਰੀਬਨ ਹੋ ਗਈ। ਅਤੇ ਬੈਕ ਕਰਕੇ ਬਾਈ ਕਿਰਾਂ ਕੱਢੀਏ ਇੱਥੋਂ, ਕਿਰਾਂ ਬਾਈ ਆਪਾਂ ਮਸ਼ੀਨ 'ਚ ਲਾ ਦਈਏ, ਫਿਰ ਬਾਈ ਗੇੜਾ ਲਾਇਆ ਨੇ ਆਪਾਂ। ਅਤੇ ਮਿੱਤਰੋ ਛੇਤੀ ਵਾਲਾ ਕੰਮ ਆ ਹੁਣ, ਕਿਉਂਕਿ ਬਾਈ ਮਸ਼ੀਨ ਚੱਲ ਪਈ। ਇਹ ਬਾਈ ਟਰਾਲੀ ਬਹੁਤ ਛੋਟੀ ਆ ਬਾਈ, ਇਹਦਾ ਮਿੰਟਾਂ 'ਚ ਭਰ ਦੇਣੀਆਂ ਨੇ। ਅਤੇ ਮਿੱਤਰੋ ਜਿਹਨੂੰ ਜਿਹਨੂੰ ਯਾਰ 855 ਵਧੀਆ ਲੱਗਿਆ ਵੀਡੀਓ, ਲਾਈਕ ਕਰ ਦਿਓ ਬਾਈ। ਵਧੀਆ ਲੱਗਦਾ ਨਾ, ਸਿੰਪਲ ਜਿਹਾ, ਸੋਬਰ ਜਿਹਾ ਬਾਈ, ਬਾਹਲੀ ਮੋਡੀਫਿਕੇਸ਼ਨ ਵੀ ਨਹੀਂ ਕੀਤੀ ਹੋਈ। ਹੁੱਡ ਹੱਡ ਲਵਾਈ ਹੋਈ ਹੈ, ਯੂ ਪੈਪ ਬਾਈ ਜਿਹੜੀ ਲੋਡ ਦੀ ਮੋਡੀਫਿਕੇਸ਼ਨ ਆ ਉਹ ਕੀਤੀ ਹੋਈ ਆ। ਅਤੇ ਮਿੱਤਰੋ ਛੇਤ ਦੇਣੇ ਯਾਰ, ਇੱਥੋਂ ਘੁਮਾਈਏ ਆਪਣਾ ਟਰੈਕਟਰ ਹੌਲੀ 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 ਜੀ। ਅੱਗੇ ਲੰਘ ਗਿਆ ਸੀ ਬਾਈ, ਢੇਰ ਲੱਗ ਜਾਣਾ ਬਾਈ ਹੁਣ ਇੱਥੇ। ਚੱਲ 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 ਚੱਲ, ਨਿਕਲ ਗਿਆ ਨਿਕਲ ਗਿਆ ਨਿਕਲ ਗਿਆ। ਮੈਨੂੰ ਤਾਂ ਬਾਈ ਐਂ ਦੀ ਕੱਢਣਾ ਪਊਗਾ। ਨਿਕਲ ਗਿਆ ਬਾਈ ਨਿਕਲ ਗਿਆ ਟਰੈਕਟਰ। ਉਹ ਬਾਈ ਪਤਾ ਨਹੀਂ ਹੁਣ ਕਿੱਧਰ ਨੂੰ ਚਲਾਈ ਜਾਂਦਾ ਯਾਰ ਸੀਰੀ। ਆ ਬਾਈ ਢੇਰ ਲੱਗ ਗਿਆ, ਨਾਟ ਗੇਰਾਂ ਲਿਆ ਕੇ ਬਾਈ ਇਹਨੂੰ ਕਰੀਏ ਯਾਰ ਸਿੱਧਾ। ਟਰਾਲੀ ਇੱਥੇ ਕੱਢਤੀ ਯਾਰ, ਆਹ ਟਰਾਲੀ ਬਾਹਲੀ ਛੇਤੀ ਫੁੱਲ ਹੁੰਦੀ ਆ। ਪਰ ਬਾਈ ਇਹ ਟਰਾਲੀ ਛੋਟੀ ਹੋਣ ਦਾ ਇੱਕ ਫਾਇਦਾ, ਇਹਨੂੰ ਬਾਈ ਜਿੰਨਾ ਮਰਜ਼ੀ ਟਰੈਕਟਰ ਧਸੋਲੇ ਵਿੱਚ ਪਰ ਕੱਢ ਲੈਂਦਾ ਬਾਈ, ਬਸ ਹੋਰ ਨਹੀਂ ਇਹਦਾ ਕੋਈ ਫਾਇਦਾ, ਇਹੀ ਫਾਇਦਾ ਇਹਦਾ। ਮਿੱਤਰੋ ਗੇੜੇ ਰਹਿ ਗਏ ਦੋ, ਆਹੀ ਆਹੀ ਵੱਢ ਲਾਂਗੇ ਬਾਈ, ਉਹ ਫਿਰ ਵੱਢ ਲਾਂਗੇ ਯਾਰ। ਯਾਰ ਮਸ਼ੀਨ ਬਾਈ ਆਪਾਂ ਜੇ ਜੱਦੀ ਆਪਣੇ ਕੋਲ ਆਹ ਹੁੰਦੀ, ਉਹ ਨਿਊ ਹੋਲੈਂਡ ਵਾਲੀ ਛੋਟੀ ਆ ਬਾਈ ਮਸ਼ੀਨ, ਹੁਣ ਤੱਕ ਤਾਂ ਬਾਈ ਆਪਣੀ ਮੱਕੀ ਵੱਡੀ ਹੋਣੀ ਸੀਗੀ। ਅਤੇ ਲਓ ਮਿੱਤਰੋ ਕਿਹਾ ਹੁਣ ਵੱਡੀ ਟਰਾਲੀ ਲਾ ਤੀ ਬਾਈ, ਇਹ ਤਾਂ ਔਖੀ ਇਹ ਭਰਦੀ ਆ ਬਾਈ, ਇਹ ਤਾਂ ਮੈਂ ਲੱਗਦਾ ਗੇੜੇ ਪੂਰੇ ਕਰ ਜੂਗੀ। ਅਤੇ ਲਓ ਮਿੱਤਰੋ ਲੈਫਟ ਲਾ ਕੇ ਕਿਹਾ, ਟਰੈਕਟਰ ਦਾ ਅੱਗਾ ਤਾਂ ਬਾਈ ਚੱਕਣਾ ਦੇਖੋ ਜ਼ਰੂਰੀ ਆ, ਪਿੱਛੇ ਹੁੱਡ ਨਾ ਟੁੱਟ ਜਾਏ ਬਾਈ, ਉਹ ਵੀ ਧਿਆਨ ਰੱਖਣਾ ਪੈਂਦਾ। ਮੂਹਰੇ ਬਾਈ ਮਸ਼ੀਨ ਆ ਗਈ ਤੀ, ਕਿਤੇ ਮਸ਼ੀਨ 'ਚ ਲੱਗਿਆ ਬਾਈ ਕੰਮ ਖੜ ਜਾਣਾ ਆਪਣਾ। ਅਤੇ ਚਲੋ ਚਲੋ ਬਾਈ ਮਿੱਤਰਾ, ਸਿੱਟਿਆ ਜੀ ਬਾਈ ਟਰਾਲੀ ਇਹ ਬਾਈ। ਯਾਰ ਉਹ ਵੱਢ ਕਿੱਧਰ ਨੂੰ ਰਿਹਾ, ਕੀ ਉਹਨੇ ਗਾਹ ਜਿਹਾ ਪਾਤਾ ਬਾਈ, ਪਤਾ ਨਹੀਂ ਕੀ ਕਰੀ ਜਾਂਦਾ। ਚਲੋ ਬਾਈ ਹੁਣ ਆਪਾਂ ਹੀ ਵੱਢਾਂਗੇ ਬਾਅਦ 'ਚ ਉਹਨੂੰ, ਅਤੇ ਅੱਜ ਬਾਈ ਆਹੀ ਵੱਢ ਲੈਂਦੇ ਹਾਂ ਯਾਰ ਇੱਕ ਕਿਆਰਾ। ਪਹਿਲਾਂ ਸਲਾਹ ਸੀ ਬਾਈ ਆਹ ਵੀ ਨਿਬੇੜ ਦਾਂਗੇ ਅੱਜ, ਪਰ ਬਾਈ ਇਹ ਮੈਨੂੰ ਨਿਬੜਦਾ ਲੱਗਦਾ ਨਹੀਂ। ਅਤੇ ਮੂਹਰੇ ਬਾਈ ਨਾਟ ਗੇਰਾਂ ਖੜ੍ਹਾ ਕੇ ਨਾ, ਨਾਟ ਗੇਰਾਂ ਨੂੰ ਬਾਈ ਪਰੇ ਕਰੀਏ, ਕਿਉਂਕਿ ਬਾਈ ਫਿਰ ਟਰੈਕਟਰ ਉੱਧਰ ਸਪੀਡ 'ਚ ਆਉਣਾ ਬਾਈ, ਸਪੀਡ 'ਚ ਆ ਕੇ ਫਿਰ ਕਿਤੇ ਇੱਧਰ ਗੱਲ ਬਣਨੀ ਆ। ਆਟੋ 'ਚ ਬਾਈ ਕੇਰਾਂ ਸੈੱਟੋ ਟਰਾਲੀ ਯਾਰ, ਆਟੋ ਆ ਬਾਹਲਾ ਵੱਡਾ। ਚੱਲ ਬਾਈ ਮੈਨੂੰ ਲੱਗਦਾ ਹੁਣ ਉੱਥੇ ਢੇਰ ਲੱਗ ਗਿਆ, ਕੰਮ ਬਾਈ ਸਾਰੇ ਪੁੱਠੇ ਹੋ ਰਹੇ ਨੇ ਯਾਰ ਅੱਜ। ਅਤੇ ਮਿੱਤਰੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਕਰ ਲਓ ਸਬਸਕ੍ਰਾਈਬ। ਬਾਈ ਉੱਧਰ ਯਾਰ ਉਹ ਕਿਆਰੇ ਦਾ ਤਾਂ ਬੁਰਾ ਹੀ ਹਾਲ ਹੋ ਗਿਆ ਉਹਦਾ, ਅਤੇ ਬਾਈ ਆਹ ਕਿਆਰਾ ਆਪਾਂ ਵੱਢ ਲੈਣਾ ਹੁਣ, ਆਹ ਕਿਆਰਾ ਬਾਈ ਫਿਰ ਵੱਢ ਲਾਂਗੇ ਉਹਨੂੰ ਬਾਈ, ਦੇਖਦਾ ਹੌਲੀ ਹੌਲੀ ਕਰੂੰ ਹੁਣ ਮੈਂ ਲੋਟ। ਅਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਕਰ ਲਓ ਸਬਸਕ੍ਰਾਈਬ। ਥੈਂਕਸ ਫੋਰ ਵਾਚਿੰਗ।